ਇਹ ਤਜਰਬਾ ਬਹੁਤ ਹੀ ਵਧੀਆ ਹੈ। ਇਸ ਲਈ ਤੁਹਾਨੂੰ ਆਈਸੋਪ੍ਰੋਪਾਈਲ ਐਲਕੋਹਲ, ਇੱਕ ਭਾਂਡਾ, ਇੱਕ ਕੱਪੜੇ ਦਾ ਟੁਕੜਾ ਅਤੇ ਟੌਂਗ ਚਾਹੀਦੇ ਹਨ। ਇੱਕੋ ਜਿਹੀ ਮਾਤਰਾ ਵਿੱਚ ਆਈਸੋਪ੍ਰੋਪਾਈਲ ਐਲਕੋਹਲ ਅਤੇ ਪਾਣੀ ਲਓ ਅਤੇ ਉਹਨਾਂ ਨੂੰ ਭਾਂਡੇ ਵਿੱਚ ਪਾ ਦਿਓ। ਕੱਪੜੇ ਦੇ ਟੁਕੜੇ ਨੂੰ ਇਸ ਤਰ੍ਹਾਂ ਡਬੋ ਲਓ ਅਤੇ ਉਸ ਨੂੰ ਦੋ ਟੌਂਗਾਂ ਨਾਲ ਚੁੱਕ ਲਓ। ਕਿਸੇ ਸਿਆਣੇ ਬੰਦੇ ਦੀ ਅਗਵਾਈ ਵਿੱਚ ਕੱਪੜੇ ਨੂੰ ਅੱਗ ਲਗਾਓ। ਆਪਣੇ ਹੱਥਾਂ ਨੂੰ ਲੋ ਤੋਂ ਬਚਾ ਕੇ ਰੱਖੋ। ਤੁਸੀਂ ਦੇਖੋਗੇ ਕਿ ਕੱਪੜਾ ਬਿਲਕੁਲ ਸਾਫ਼ ਨੀਲੀ ਲੋ ਨਾਲ ਜਲਣ ਲੱਗ ਜਾਵੇਗਾ। ਜਿੰਨਾ ਚਿਰ ਲੋ ਖਤਮ ਨਹੀਂ ਹੋ ਜਾਂਦੀ ਉਨੀ ਦੇਰ ਇੰਤਜ਼ਾਰ ਕਰੋ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਕੱਪੜਾ ਬਿਲਕੁਲ ਨਹੀਂ ਜਲੇਗਾ। ਇਹ ਆਈਸੋਪ੍ਰੋਪਾਈਲ ਐਲਕੋਹਲ ਹੀ ਹੋਵੇਗੀ ਜੋ ਜਲੇਗੀ ਅਤੇ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ ਅਤੇ ਕੱਪੜਾ ਉਵੇਂ ਹੀ ਬਚ ਜਾਵੇਗਾ।